ਸਤਿ ਸ਼੍ਰੀ ਅਕਾਲ ਜੀ। ਡੀ ਜੀ ਪੀ ਸਾਹਿਬ, ਅੱਜ ਤੁਹਾਡੀ ਖਬਰ ਪੜ੍ਹੀ ਆ ਕਿ ਜਿਹੜੇ ਤਿੰਨ ਦਿਨ ਜਿਹੜਾ ਸਮਾਂ ਦਿੱਤਾ ਸੀ ਤੁਸੀਂ, ਜਿਨ੍ਹਾਂ ਦੀਆਂ ਫੋਟੋਆਂ ਉਹਨਾਂ ਦੇ ਸੋਸ਼ਲ ਮੀਡੀਆ ਪੇਜਿਸ ਤੇ ਪਈਆਂ ਨੇ, ਉਹਨਾਂ ਨੂੰ ਉਤਾਰਨ ਦਾ ਬੰਦੂਕਾਂ ਦੇ ਨਾਲ, ਗਨ ਕਲਚਰ ਜਿਹਨੂੰ ਤੁਸੀਂ ਕਹਿੰਦੇ ਉਹਦੇ ਖਿਲਾਫ। ਵੈਸੇ ਤਾਂ ਜੋ ਪੰਜਾਬ ਦੇ ਹਾਲਾਤ ਬਣੇ ਆ, ਦੱਸਣ ਦੀ ਲੋੜ ਨਹੀਂ। ਅੱਜ ਵੀ ਸਵੇਰੇ ਇੱਕ ਕਤਲ ਹੋਇਆ। ਜਿਹੜੇ ਲੋਕ ਗੰਜ ਨੂੰ ਦੀ ਦੁਰਵਰਤੋਂ ਕਰ ਰਹੇ ਹੈ, ਉਹਨਾਂ ਦੇ ਖਿਲਾਫ਼ ਤੁਸੀਂ ਕਾਰਵਾਈ ਕਰਨ ਤੋਂ ਬਹੁਤ ਢਿੱਲ ਰੱਖਦੇ। ਔਰ ਅੱਜ ਮੈਂ ਪੁੱਛਣਾ ਚਾਹੁੰਦਾ ਕਿ ਕਾਰਵਾਈ ਸਿਰਫ ਬੱਚਿਆਂ ਦੀ ਹੋਊਗੀ? ਮੈਂ ਪਹਿਲਾਂ ਵੀ ਉਜਾਗਰ ਕੀਤਾ ਸੀ ਕਿ ਮੇਰੇ ਹਲਕੇ ਦੇ ਪਿੰਡ ਚਵਿੰਡਾ ਦੇਵੀ ਦੇ ਇੱਕ 10 ਸਾਲ ਦੇ ਬੱਚੇ ਤੇ 2015 ਦੀ ਜਿਹੜੀ ਇੱਕ ਵੀਡੀਓ ਉਹਦੀ ਫੋਟੋ ਸੀ, ਉਹਦੇ ਆਧਾਰ ਤੇ ਪਰਚਾ ਦੇ ਤਾ। ਜੇ ਹੀ ਪੈਮਾਨਾ ਔਰ ਜੇ ਤੁਹਾਡੇ 72 ਘੰਟੇ ਪੂਰੇ ਹੋ ਗਏ ਆ, ਤੇ ਅਨਮੋਲ ਗਗਨ ਮਾਨ ਦੀ ਅੱਜ ਵੀ ਫੋਟੋ ਸੋਸ਼ਲ ਮੀਡੀਆ ਪੇਜਿਸ ਤੇ ਚੜੀ ਹੈ, ਔਰ ਇਹ ਕਿੰਨੀਆਂ ਅਨੇਕਾਂ ਹੀ, ਮੈਂ ਕਿੰਨੀਆਂ ਕੁ ਉਨੀਆਂ ਕੱਢ ਕੇ ਦਿਖਾ ਦੂੰਗਾ, ਜਿਹੜੀ ਗਨ ਕਲਚਰ ਨੂੰ ਪ੍ਰਮੋਟ ਕਰ ਰਹੀਆਂ ਤੁਹਾਡੇ ਕਹਿਣ ਦੇ ਹਿਸਾਬ ਨਾਲ। ਅੱਜ ਲੱਗ ਜੂ ਪਤਾ ਕਿ ਇਹ ਕਾਨੂੰਨ ਸਿਰਫ ਆਮ ਆਦਮੀ ਲਈ ਹੈ ਕਿ ਖਾਸ ਆਦਮੀਆਂ ਤੇ ਵੀ ਪਰਚਾ ਹੋਊਗਾ, ਕਿ ਮੰਤਰੀ ਲਈ ਕਾਨੂੰਨ ਵੱਖਰਾ ਤੇ ਸੰਤਰੀ ਲਈ ਵੱਖਰਾ। ਕਾਈਂਡਲੀ ਇਹਨਾਂ ਗੱਲਾਂ ਤੋਂ ਗੁਰੇਜ਼ ਕਰਦੇ ਹੋਏ ਪੰਜਾਬ ਦੇ ਹਾਲਾਤਾਂ ਨੂੰ ਸੁਧਾਰਨ ਦੇ ਕੰਮ ਕਰੋ। ਮੈਨੂੰ ਪਤਾ ਤੁਸੀਂ ਬੜੇ ਕੇਪੇਬਲ ਅਫਸਰ ਹੋ, ਮਗਰ ਸ਼ਾਇਦ ਤੁਹਾਨੂੰ ਤੁਹਾਡੇ ਚੀਫ ਮਿਨਿਸਟਰ ਸਾਹਿਬ ਜਾਂ ਆਪ ਦੀ ਸਰਕਾਰ ਤੁਹਾਨੂੰ ਕੰਮ ਨਹੀਂ ਖੁੱਲ੍ਹ ਕੇ ਕਰਨ ਦੇ ਰਹੀ ਕਿ ਤੁਸੀਂ ਇਹ ਲੋਕਾਂ ਨੂੰ ਬਣਦਾ ਇਨਸਾਫ ਨਹੀਂ ਦੇ ਪਾ ਰਹੇ। ਸਤਿ ਸ਼੍ਰੀ ਅਕਾਲ ਜੀ। ਡੀ ਜੀ ਪੀ ਸਾਹਿਬ, ਅੱਜ ਤੁਹਾਡੀ ਖਬਰ ਪੜ੍ਹੀ ਹੈ ਕਿ ਜਿਹੜੇ 3 ਦਿਨ ਜਿਹੜਾ ਸਮਾਂ ਦਿੱਤਾ ਸੀ ਤੁਸੀਂ, ਜਿਨ੍ਹਾਂ ਦੀਆਂ ਫੋਟੋਆਂ ਉਹਨਾਂ ਦੇ ਸੋਸ਼ਲ ਮੀਡੀਆ ਪੇਜਿਸ ਤੇ ਪਈਆਂ ਨੇ, ਉਹਨਾਂ ਨੂੰ ਉਤਾਰਨ ਦਾ ਬੰਦੂਕਾਂ ਦੇ ਨਾਲ, ਗਨ ਕਲਚਰ ਜਿਹਨੂੰ ਤੁਸੀਂ ਕਹਿੰਦੇ ਉਹਦੇ ਖਿਲਾਫ। ਵੈਸੇ ਤਾਂ ਜੋ ਪੰਜਾਬ ਦੇ ਹਾਲਾਤ ਬਣੇ ਆ, ਦੱਸਣ ਦੀ ਲੋੜ ਨਹੀਂ। ਅੱਜ ਵੀ ਸਵੇਰੇ ਇੱਕ ਕਤਲ ਹੋਇਆ। ਜਿਹੜੇ ਲੋਕ ਗੰਜ ਨੂੰ ਦੀ ਦੁਰਵਰਤੋਂ ਕਰ ਰਹੇ ਆ, ਉਹਨਾਂ ਦੇ ਖਿਲਾਫ਼ ਤੁਸੀਂ ਕਾਰਵਾਈ ਕਰਨ ਤੋਂ ਬਹੁਤ ਢਿੱਲ ਰੱਖਦੇ। ਔਰ ਅੱਜ ਮੈਂ ਪੁੱਛਣਾ ਚਾਹੁੰਦਾ ਕਿ ਕਾਰਵਾਈ ਸਿਰਫ ਬੱਚਿਆਂ ਦੀ ਹੋਊਗੀ? ਮੈਂ ਪਹਿਲਾਂ ਵੀ ਉਜਾਗਰ ਕੀਤਾ ਸੀ ਕਿ ਮੇਰੇ ਹਲਕੇ ਦੇ ਪਿੰਡ ਚਵਿੰਡਾ ਦੇਵੀ ਦੇ ਇੱਕ 10 ਸਾਲ ਦੇ ਬੱਚੇ ਤੇ 2015 ਦੀ ਜਿਹੜੀ ਇੱਕ ਵੀਡੀਓ ਉਹਦੀ ਫੋਟੋ ਸੀ, ਉਹਦੇ ਆਧਾਰ ਤੇ ਪਰਚਾ ਦੇ ਤਾ। ਜੇ ਹੀ ਪੈਮਾਨਾ ਔਰ ਜੇ ਤੁਹਾਡੇ 72 ਘੰਟੇ ਪੂਰੇ ਹੋ ਗਏ ਆ, ਤੇ ਅਨਮੋਲ ਗਗਨ ਮਾਨ ਦੀ ਅੱਜ ਵੀ ਫੋਟੋ ਸੋਸ਼ਲ ਮੀਡੀਆ ਪੇਜਿਸ ਤੇ ਚੜੀ ਹੈ, ਔਰ ਇਹ ਕਿੰਨੀਆਂ ਅਨੇਕਾਂ ਹੀ, ਮੈਂ ਕਿੰਨੀਆਂ ਕੁ ਉਨੀਆਂ ਕੱਢ ਕੇ ਦਿਖਾ ਦੂੰਗਾ, ਜਿਹੜੀ ਗਨ ਕਲਚਰ ਨੂੰ ਪ੍ਰਮੋਟ ਕਰ ਰਹੀਆਂ ਤੁਹਾਡੇ ਕਹਿਣ ਦੇ ਹਿਸਾਬ ਨਾਲ। ਅੱਜ ਲੱਗ ਜੂ ਪਤਾ ਕਿ ਇਹ ਕਾਨੂੰਨ ਸਿਰਫ ਆਮ ਆਦਮੀ ਲਈ ਹੈ ਕਿ ਖਾਸ ਆਦਮੀਆਂ ਤੇ ਵੀ ਪਰਚਾ ਹੋਊਗਾ, ਕਿ ਮੰਤਰੀ ਲਈ ਕਾਨੂੰਨ ਵੱਖਰਾ ਤੇ ਸੰਤਰੀ ਲਈ ਵੱਖਰਾ। ਕਾਈਂਡਲੀ ਇਹਨਾਂ ਗੱਲਾਂ ਤੋਂ ਗੁਰੇਜ਼ ਕਰਦੇ ਹੋਏ ਪੰਜਾਬ ਦੇ ਹਾਲਾਤਾਂ ਨੂੰ ਸੁਧਾਰਨ ਦੇ ਕੰਮ ਕਰੋ। ਮੈਨੂੰ ਪਤਾ ਤੁਸੀਂ ਬੜੇ ਕੇਪੇਬਲ ਅਫਸਰ ਹੋ, ਮਗਰ ਸ਼ਾਇਦ ਤੁਹਾਨੂੰ ਤੁਹਾਡੇ ਚੀਫ ਮਿਨਿਸਟਰ ਸਾਹਿਬ ਜਾਂ ਆਪ ਦੀ ਸਰਕਾਰ ਤੁਹਾਨੂੰ ਕੰਮ ਨਹੀਂ ਖੁੱਲ੍ਹ ਕੇ ਕਰਨ ਦੇ ਰਹੀ ਕਿ ਤੁਸੀਂ ਇਹ ਲੋਕਾਂ ਨੂੰ ਬਣਦਾ ਇਨਸਾਫ ਨਹੀਂ ਦੇ ਪਾ ਰਹੇ।